ਸੋਨੇ ਦਾ ਗੇਟ ਨਹੀਂ ਹੁੰਦਾ ਓਏ ਇਹ ਯਾਰ ਮੈਂ ਇੱਕ ਫਿਲਮ 'ਚ ਦੇਖਿਆ ਸੀ ਗੇਟ ਜਿਵੇਂ ਸਕਾਰਫੇਸ ਵੀ ਆ ਉਹੀ ਆ ਓਕੇ ਸਾਨੂੰ ਡਰੇਕ ਦਾ ਘਰ ਲੱਭ ਗਿਆ ਫਾਈਨਲੀ ਇੱਥੇ ਅੱਧਾ ਘੰਟਾ ਹੋ ਗਿਆ ਇੱਥੇ ਘੁੰਮਦੇ ਨੂੰ ਹਾਂਜੀ ਕੀ ਹਾਲ ਚਾਲ ਆ ਓਡੇ ਸਾਰਿਆਂ ਦਾ ਔਰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਹੁਣ ਜਿੱਦਾਂ ਕਿ ਤੁਸੀਂ ਦੇਖਿਆ ਮੈਂ ਸੋਚਿਆ ਸੀ ਵੀ ਅੱਜ ਦੇ ਵਲੌਗ ਲਈ ਥੋੜ੍ਹਾ ਯਾਰ ਵੱਖਰਾ ਜਿਹਾ ਕੁਛ ਕਰੀਏ ਥੋੜ੍ਹਾ ਵੱਖਰਾ ਕੰਟੈਂਟ ਲਿਆਈਏ ਤਾਂ ਕਰਕੇ ਅਸੀਂ ਸੋਚਿਆ ਵੀ ਅੱਜ ਕਿਉਂ ਨਾ ਆਪਾਂ ਡਰੇਕ ਦਾ ਘਰ ਦੇਖਣ ਚੱਲੀਏ ਹੁਣ ਉਹ ਘਰ ਵੀ ਨਹੀਂ ਕਹਿ ਸਕਦੇ ਉਹ ਤਾਂ ਮੈਂਸ਼ਨ ਹੀ ਆ ਇੱਥੇ ਟੋਰਾਂਟੋ ਵਿੱਚ ਡਰੇਕ ਦਾ ਜਿਹੜਾ 100 ਮਿਲੀਅਨ ਦਾ ਮੈਂਸ਼ਨ ਆ ਹੁਣ ਰੁਪਈਆਂ ਵਿੱਚ ਅਪਰੋਕਸੀਮੇਟਲੀ 700 ਕਰੋੜ ਹੋਇਆ 700 ਕਰੋੜ ਦੇ ਮੈਂਸ਼ਨ ਵਿੱਚ ਜਿਹੜਾ ਦੁਨੀਆ ਦਾ ਸੁਪਰ ਸਟਾਰ ਰਹਿੰਦਾ ਉੱਥੇ ਜਾ ਰਹੇ ਹਾਂ ਉਹ ਵਿਜ਼ਿਟ ਕਰਨ ਜਾ ਰਹੇ ਹਾਂ ਮੇ ਬੀ ਹੋਪਫੁਲੀ ਕੀ ਪਤਾ ਸਾਡੀ ਕਿਸਮਤ ਚੰਗੀ ਹੋਵੇ ਉਹ ਮਿਲ ਵੀ ਜਾਵੇ ਪਰ ਖੈਰ ਮੈਨੂੰ ਲੱਗਦਾ ਨਹੀਂ ਵੀ ਮਿਲੂਗਾ ਪਰ ਛੱਡੋ ਅਤੇ ਮੈਂ ਇੱਕ ਹੋਰ ਮੇਰਾ ਦੋਸਤ ਮੇਰੇ ਨਾਲ ਆ ਰਿਹਾ ਉਹਦੀ ਵੇਟ ਕਰ ਰਿਹਾ ਸੀ ਵੀ ਉਹ ਛੇਤੀ ਛੇਤੀ ਆ ਜਾਵੇ ਤਾਂ ਬੇਸਿਕਲੀ ਜਿੱਥੇ ਉਹਦਾ ਮੈਂਸ਼ਨ ਆ ਉਹ ਬ੍ਰਾਈਡਲ ਪੈਥ ਆ ਅਤੇ ਉੱਥੇ ਸਾਰੇ ਮਤਲਬ ਟੋਰਾਂਟੋ ਦੇ ਕਰੋੜਪਤੀ ਮਿਲੀਅਨੇਅਰ ਸਾਰੇ ਉੱਥੇ ਹੀ ਰਹਿੰਦੇ ਨੇ ਉਹ ਯਾਰਕਵਿਲ ਯੂਨੀਵਰਸਿਟੀ ਦੇ ਕੋਲ ਪੈਂਦਾ ਉਹ ਏਰੀਆ ਹੁਣ ਉੱਥੇ ਜਾਂਦੇ ਹਾਂ ਅਤੇ ਆਹ ਸਾਰਾ ਬੋਰਿੰਗ ਪਾਰਟ ਮੈਂ ਸਕਿੱਪ ਕਰ ਦਿੰਦਾ ਅਤੇ ਆਪਾਂ ਬਾਅਦ 'ਚ ਮਿਲਦੇ ਹਾਂ ਓਕੇ ਉਹ ਆ ਗਿਆ ਉਹ ਇੰਨਾ ਖੜਕਾ ਕਿਉਂ ਹੋ ਰਿਹਾ ਕੀ ਕੰਮ ਚੱਲ ਰਿਹਾ ਹਾਂਜੀ ਕੀ ਹਾਲ ਚਾਲ ਆ ਸਭ ਠੀਕ ਆ ਹੋਰ ਫਿਰ ਲੇਟ ਕਰਤਾ ਯਾਰ ਤੂੰ ਅੱਜ ਫਿਰ ਤੂੰ ਯਾਰ ਫਿਰ ਲੇਟ ਕਰਦਾ ਮੈਂ ਅੱਧੇ ਘੰਟੇ ਦਾ ਫੇਟ ਕਰ ਚੱਲ ਛੱਡ ਯਾਰ ਬਹੁਤ ਟਾਈਮ ਵੇਸਟ ਕਰਦਾ ਹੁਣ ਚੱਲ ਗਏ ਪਹਿਲਾਂ ਬ੍ਰਾਈਡਲ ਪੈਥ ਹੀ ਜਾਣਾ ਹੈ ਹੁਣ ਕੀ ਬਣਾ ਰਿਹਾ ਹੁਣ ਤੇਰਾ ਵਲੌਗ ਬਣ ਰਿਹਾ ਸਾਰਾ ਅੱਜ ਸਾਰੀਆਂ ਤੇਰੀਆਂ ਕਰਤੂਤਾਂ ਇੱਥੇ ਵਲੌਗ ਵਿੱਚ ਆ ਰਹੀਆਂ ਨੇ ਮੈਂ ਬਹੁਤ ਸ਼ਰੀਫ ਬੰਦਾ ਪਹਿਲਾਂ ਕਿੱਥੇ ਉੱਥੇ ਹੀ ਚੱਲਦੇ ਆ ਸਿੱਧਾ ਪਹਿਲਾਂ ਬ੍ਰਾਈਡਲ ਪੈਥ ਜਾਂ ਪਹਿਲਾਂ ਖਾਣਾ ਪੀਣਾ ਸਟਾਰਬਕ ਉਹ ਗੋਲੀ ਮਾਰ ਸਟਾਰਬਕ ਦੇ ਛੱਡ ਯਾਰ ਪਹਿਲਾਂ ਉੱਥੇ ਚੱਲਦੇ ਟਾਈਮ ਬਹੁਤ ਘੱਟ ਆ ਡਰੇਕ ਨੇ ਚੱਲ ਡਰੇਕ ਦੇ ਘਰ ਜਾ ਕੇ ਕਾਫੀ ਪੀਂਦੇ ਆ ਖਾਣਾ ਹੀ ਪਿਆ ਇਹ ਤੋਂ ਬਾਅਦ ਸਿੱਧਾ ਬ੍ਰਾਈਡਲ ਪੈਥ ਵਾਲਾ ਇਹ ਤੋਂ ਬਾਅਦ ਨਾ ਕੁਛ ਕਿਤੇ ਰੋਟੀ ਮੈਨੂੰ ਹੋਣਾ ਠੀਕ ਆ ਆਹ ਪੰਜਾਬੀਆਂ ਦਾ ਖੰਡ ਬਿਨਾ ਸਰਦਾ ਨਹੀਂ ਆ ਤੇ ਖੰਡ ਤਾਂ ਖਾਈ ਕਿੰਨੇ ਚੱਕੇ ਸਰਦਾ ਨਾਲ 1 2 3 4 5 6 ਸਮਗਲ ਕਰਦਾ ਨਹੀਂ ਪਾਉਂਦਾ ਸਾਰੀਆਂ ਘੋਲ ਦੇ ਵਿੱਚ ਸਾਰੀਆਂ ਹੁਣ ਇੱਦਾਂ ਦੇ ਘਰ ਦੇਖ ਕੇ ਤਾਂ ਯਾਰ ਐਂ ਲੱਗਦਾ ਆਪਾਂ ਜਿਵੇਂ ਖੋਡਾ 'ਚ ਨਹੀਂ ਰਹਿੰਦੇ ਹੁੰਦੇ ਬ੍ਰੈਂਪਟਨ ਕਿ ਨਹੀਂ ਲੋਕ ਕਿੱਥੇ ਕਿੱਥੇ ਤੱਕ ਪਹੁੰਚ ਗਏ ਕਿ ਨਹੀਂ ਸਹੀ ਹੋ ਗਿਆ ਓਕੇ ਬ੍ਰੋਸ ਪਹੁੰਚ ਗਏ ਆਪਾਂ ਬ੍ਰਾਈਡਲ ਪੈਥ ਜਿਹੜੇ ਜਿਹੜੇ ਵਿਊ ਜਿੱਦਾਂ ਜਿੱਦਾਂ ਦੇ ਵਿਊ ਸਾਨੂੰ ਦੇਖਣ ਨੂੰ ਮਿਲਦੇ ਨੇ ਨਾ ਉਦਾਂ ਹੀ ਦਿਖਾਈ ਜਾਂਦੇ ਉਹਦਾ ਤੁਹਾਨੂੰ ਕੈਮਰਾ ਘੁਮਾ ਕੇ ਦਿਖਾਉਂਦੇ ਆ ਆ ਦੇਖ ਕੋਈ ਗੱਲਬਾਤ ਹੈ ਵੀਰੇ ਡਰੇਕ ਰਹਿਣਾ ਹੈਗੀ ਆ ਉਹਨੇ ਕੋਈ ਉਹ ਤਾਂ ਹੋਊਗਾ ਵਜ੍ਹਾ ਹੋਊਗੀ ਵੀ ਉਹ ਏਰੀਆ 'ਚ ਅਮੀਰ ਲੋਕ ਇੱਦਾਂ ਦੇ ਏਰੀਆ 'ਚ ਰਹਿੰਦੇ ਨੇ ਤੁਹਾਨੂੰ ਕੈਮਰਾ ਘੁਮਾ ਕੇ ਦਿਖਾਉਂਦੇ ਆ ਪੀਸ ਬਹੁਤ ਆ ਕੋਈ ਰਸ਼ ਨਹੀਂ ਹੈਗਾ ਜਿਵੇਂ ਬ੍ਰੈਂਪਟਨ ਜਾਂਦਾ ਆ ਹਾਂ ਉਹ ਬ੍ਰੈਂਪਟਨ 'ਚ ਆ ਉਹ ਬਾਹਲਾ ਉਹ ਆ ਇੱਕ ਤਾਂ ਘਰ ਹੀ ਬਾਹਲੇ ਜਾਂਦੇ ਨੇ ਹੈ ਹੀ ਘਰ ਨੇ ਆ ਦੇ ਇੱਥੇ ਕੋਈ ਗੱਡੀ ਦਿਖ ਰਹੀ ਆ ਇੱਕ ਗੱਡੀ ਵੀ ਆ ਹੋਪਫੁਲੀ ਕੋਈ ਦੇਖ ਸਕਦੀ ਆ ਰੋਲਸ ਰਾਇਸ ਫਰਾਰੀ ਆ ਮੇ ਬੀ ਰੋਲਸ ਰਾਇਸ ਫਰਾਰੀ ਇੱਥੇ ਦੀ ਹਾਂ ਜੇ ਕਿਸਮਤ ਚੰਗੀ ਹੋਈ ਸਾਡੀ ਇੱਥੇ ਵੈਸੇ ਮੈਂ ਸੋਚਿਆ ਜੇ ਮੈਂ ਫੂਡ ਡਿਲੀਵਰੀ ਕਰਦਾ ਨਾ ਜੇ ਡਰੇਕ ਦੇ ਘਰੇ ਫੂਡ ਡਿਲੀਵਰੀ ਕਰਦੀ ਉਹਨੇ ਜਿੰਨੀ ਟਿਪ ਜਿੰਨੀ ਸਮੈਸਟਰ ਦੀ ਫੀਸ ਆ ਉਹਨੇ ਉੰਨੀ ਟਿਪ ਕੱਢ ਦੇਣੀ ਉਹਨੇ ਕਹਿਣਾ ਹਾਂ ਦੱਸ ਕਿੰਨੇ ਚਾਹੀਦੇ ਨੇ ਸੈਡ ਜੀ ਸਟੋਰੀ ਸੁਣਾ ਦੇ ਵੀ ਇੱਥੇ ਇੱਥੇ ਉਹ ਪਾਰਕਿੰਗ ਲੋਟ ਹੀ ਬਸ ਲੈ ਹੋਊਗੀ ਉਹਨੇ ਦੀ ਮੈਂ ਕਹਿੰਦਾ ਇਹ ਮੈਂਸ਼ਨ ਘੱਟੋ ਘੱਟ 30 ਮਿਲੀਅਨ ਦਾ ਤਾਂ ਹੋਊਗਾ ਇਹਨਾਂ ਦਾ ਆਰਾਮ ਨਾਲ ਇਹਨਾਂ ਦੀ ਡਾਊਨ ਪੇਮੈਂਟ ਵੀ ਕਲਾਸਿਕ ਆ ਬੰਦੇ ਨੇ ਸਿਕਿਉਰਿਟੀ ਵੀ ਰੱਖੀ ਡਾਊਨ ਪੇਮੈਂਟ ਹੀ ਕਰਨੀ ਪੈਣੀ ਆ ਦੇ ਸਾਰੇ ਆ ਦੇ ਜਿਵੇਂ ਸਾਈਕਲਿਸਟ ਜਾ ਰਹੇ ਨੇ ਉੱਥੇ ਇੱਥੇ ਤੁਰਨ ਵਾਲੇ ਵਾਕਰਸ ਹਾਂ ਨਾ ਉਹ ਤਾਂ ਕੋਈ ਕੋਈ ਇਹ ਤਾਂ ਵਜ੍ਹਾ ਹੈਗੀ ਆ ਵੀ ਅਮੀਰ ਲੋਕ ਇਦਾਂ ਦੇ ਏਰੀਆ 'ਚ ਕਿਉਂ ਆ ਕੇ ਰਹਿੰਦੇ ਨੇ ਪੀਸ ਬਹੁਤ ਆ ਯਾਰ ਬ੍ਰੋ ਸ਼ਾਂਤੀ ਦੇ ਕਿੰਨੀ ਇੱਕ ਹੀ ਗੱਡੀ ਆਪਾਂ ਨੂੰ ਮਿਲੀ ਆ ਜਾਂਦੀ ਇੱਥੇ ਆਇਆ ਆ ਦੇਖ ਆ ਤੁਹਾਨੂੰ ਆ ਜਿਹੜਾ ਆ ਘਰ ਆ ਤੁਹਾਨੂੰ ਦਿਖਾਉਣਾ
ਸਿੱਧੂ ਮੂਸੇਵਾਲੇ ਦੀ ਗੱਡੀ ਸੀ ਉਹ ਸਿੱਧੂ ਮੂਸੇਵਾਲਾ ਆ ਗਿਆ ਜੀ ਵੈਗਨ ਚ ਤੁਹਾਨੂੰ ਪਤਾ ਅਮੀਰੀ ਆ ਜਾਂਦੀ ਹੈ ਜੋ ਗੇਟ ਤੁਹਾਡੇ ਲਈ ਆਪਦੇ ਆਪ ਖੁੱਲਦਾ ਤੁਹਾਨੂੰ ਆਪ ਨਹੀਂ ਖੁੱਲਣਾ ਪੈਂਦਾ ਆਪਾਂ ਵੀ ਜਾ ਕੇ ਦੇਖੀਏ ਆਪਣੇ ਲਈ ਖੁੱਲਦਾ ਕਿ ਨਹੀਂ ਆਪਣੇ ਲਈ ਤਾਂ ਬੰਦ ਹੀ ਹੋ ਗਿਆ ਜੇ ਆਪਾਂ ਜਾ ਕੇ ਦੇਖਿਆ ਡਰੇਕ ਦਾ ਘਰ ਲੱਭ ਗਿਆ ਫਾਈਨਲੀ ਇੱਥੇ ਅੱਧਾ ਘੰਟਾ ਹੋ ਗਿਆ ਇੱਥੇ ਘੁੰਮਦੇ ਨੂੰ ਬਹੁਤ ਔਖਾ ਲੱਭਿਆ ਪਰ ਗੱਲ ਇੱਕ ਆ ਉੱਥੇ ਮੂਹਰੇ ਦੋ ਘੰਟੇ ਖੜੀਆਂ ਨੇ ਗੱਡੀ ਰੋਕ ਤਾਂ ਨਹੀਂ ਸਕਦੇ ਫਿਰ ਨਾ ਇਹ ਤਾਂ ਵੈਸੇ ਮੈਂ ਇੱਕ ਵੀਡੀਓ ਦੇਖੀ ਸੀ ਬਹੁਤ ਲੋਕ ਜਾਂਦੇ ਨੇ ਉਹਦੇ ਘਰ ਦੇ ਮੂਹਰੇ ਆਪਾਂ ਕਿਉਂ ਨਾ ਜਾਈਏ ਆਪਾਂ ਕਹਿ ਦਾਂਗੇ ਡਰੇਕ ਨੂੰ ਮਿਲਣਾ ਡਰੇਕ ਨੂੰ ਮਿਲਦਾ ਉਹਨਾਂ ਨੇ ਕਹਿਣਾ ਤੂੰ ਡਰੇਕ ਆ ਨਾ ਘਰ ਲੱਭ ਗਿਆ ਹੁਣ ਅਗਲਾ ਮਿਸ਼ਨ ਇਹ ਆ ਵੀ ਉੱਥੇ ਮੂਹਰੇ ਜਾ ਕੇ ਨਾ ਇੱਕ ਕਲਿੱਪ ਬਣਾਉਣੀ ਹੋਈ ਆ ਨਹੀਂ ਤਾਂ ਵਲੌਗ ਸਾਰਾ ਫਲੋਪ ਹੋ ਗਿਆ ਜੇ ਘਰ ਦੇ ਮੂਹਰੇ ਨਾ ਯਾਰ ਜਾ ਕੇ ਇੱਕ ਉਹ ਮੈਂ ਕਹਿੰਦਾ ਮੈਂ ਬੈਲ ਵੀ ਆਉਂਦਾ ਥੰਬਨੇਲ ਲਈ ਆਪਾਂ ਨੂੰ ਕਹਿ ਦਾਂਗੇ ਸੌਰੀ ਰੌਂਗ ਐਡਰੈਸ ਕੋਈ ਤਾਂ ਕੋਈ ਬਾਹਰ ਥੰਬਨੇਲ ਲਈ ਆਪਾਂ ਨੂੰ ਇੱਕ ਉਹ ਚਾਹੀਦੀ ਹੋਈ ਆ ਮੂਹਰੇ ਜਾ ਕੇ ਫੋਟੋ ਤਾਂ ਖਿਚਾਉਣੀ ਉਹ ਖਿਚਾਉਣੀ ਆ ਜੋ ਮਰਜ਼ੀ ਹੋ ਜਾਏ ਕਿੰਨੇ ਆਪਾਂ ਆਪਾਂ ਉਵੇਂ ਕਰੀ ਜਾਂਦੇ ਆਪਾਂ ਕਿਤੇ ਇਕੱਲੇ ਹੋਵਾਂਗੇ ਕਿੰਨੇ ਲੋਕ ਆਉਂਦੇ ਹੋਣਗੇ ਹੁਣ ਦੋ ਮਿੰਟ ਯੂ ਟਰਨ ਫੇਰ ਮਾਰਨਾ ਪੈਣਾ ਕਿਉਂਕਿ ਬਹੁਤ ਅੱਗੇ ਆ ਕੇ ਉਹ ਉੱਥੇ ਨਹੀਂ ਉਹ ਸਸਪੀਸ਼ੀਅਸ ਉਹ ਸਸਪੀਸ਼ੀਅਸ ਹੋ ਗਏ ਸੀ ਆਪਣੇ ਵੱਲ ਦੇਖ ਰਹੇ ਸੀ ਵੀ ਦੋ ਤਿੰਨ ਵਾਰ ਲੰਘ ਗਈ ਇੱਥੇ ਜੇ ਗੱਡੀ ਤੇਰਾ ਨੰਬਰ ਫਿਰ ਦਿੰਦੀ ਉਹਨਾਂ ਨੂੰ ਦੋ ਮਿੰਟ ਆਉਂਦਾ ਤਾਂ ਨਹੀਂ ਮਗਰ ਕੁਛ ਵੀ ਯਾਰ ਕਹਿ ਦਾਂਗੇ ਉਹਦੀ ਪ੍ਰਮੋਸ਼ਨ ਕਰ ਰਹੇ ਮੂਹਰੇ ਚ ਲੰਘਦੇ ਹੋਏ ਉਹਦੀ ਗੱਡੀ ਵਿਆਹ ਚ ਡਰਾਈਵਰ ਕੁੱਤੇ ਛੱਡਤੀ ਹਾਂ ਕੁੱਤੇ ਤਾਂ ਗਾਰਡ ਛੱਡੂਗਾ ਆਪਣੇ ਮਗਰ ਕੁੱਤੇ ਨੀ ਤੱਕ ਅਸੀਂ ਪਾਰਕਿੰਗ ਲੱਭਦੇ ਹਾਂ ਇੱਥੋਂ ਡਰੇਕ ਦਾ ਘਰ ਸ਼ੁਰੂ ਹੁੰਦਾ ਪਾਰਕਿੰਗ ਲੱਭਣੀ ਬਹੁਤ ਔਖੀ ਆ ਬਾਹਲੀ ਮੈਨੂੰ ਆਪਾਂ ਨੂੰ ਘੰਟਾ ਕਿਉਂਕਿ ਇੱਥੇ ਨਾ ਨਾ ਘਰ ਤਾਂ ਲੱਭ ਗਿਆ ਪਾਰਕਿੰਗ ਨੀ ਲੱਭਦੀ ਯਾਰ ਇੱਥੇ ਐਕਚੁਅਲੀ ਅਸੀਂ ਸਕੂਲੇ ਆਏ ਸੀ ਸਕੂਲ ਦੀ ਪਾਰਕਿੰਗ 'ਚ ਲਾਏ ਸੀ ਪਰ ਇੱਥੇ ਕਹਿੰਦੇ ਇੱਥੇ ਨਾ ਲਾਓ ਵੀ ਪ੍ਰੋਬਬਲੀ ਓਕੇ ਓਕੇ ਥੈਂਕ ਯੂ ਉਹ ਕਹਿੰਦਾ ਡਰੇਕ ਵਧੀਆ ਮੂਡ 'ਚ ਨਹੀਂ ਹੋਣਾ ਕਿਉਂਕਿ ਦੋ ਕੁ ਦਿਨ ਪਹਿਲਾਂ ਰੈਪਟਰ ਹਾਰੇ ਨੇ ਮੈਚ ਹਾਰ ਗਏ ਸੀ ਕਹਿੰਦਾ ਇਜ਼ ਨਾਟ ਇਨ ਅ ਫ੍ਰੈਂਡਲੀ ਮੂਡ ਅਸੀਂ ਨਾ ਇੱਥੇ ਪਾਰਕਿੰਗ ਸਕੂਲ ਦੀ ਪਾਰਕਿੰਗ 'ਚ ਲਾਏ ਸੀ ਉਹ ਕਹਿੰਦੇ ਪਰ ਇੱਥੇ ਨਾ ਲਾਓ ਕਿਉਂਕਿ ਉਹ ਐਂਗਰੀ ਬਹੁਤ ਹੁੰਦੇ ਨੇ ਜੀ ਹੋਰ ਇੱਕ ਗੱਲ ਆ ਯਾਰ ਇੱਕ ਗੱਲ ਨੋਟਿਸ ਕੀਤੀ ਆ ਇੱਥੇ ਚਾਹੇ ਸਾਰੇ ਅਮੀਰ ਬੰਦੇ ਰਹਿੰਦੇ ਨੇ ਕਿਸੇ 'ਚ ਈਗੋ ਨਹੀਂ ਹੈਗੀ ਕੋਈ ਈਗੋ ਨਹੀਂ ਕਿਸੇ ਨਾਲ ਗੱਲ ਕਰੂੰਗੇ ਅਸੀਂ ਦੋ ਤਿੰਨ ਜਾਣਿਆਂ ਤੋਂ ਪਹਿਲਾਂ ਪੁੱਛਿਆ ਰੋਕ ਕੇ ਸਾਰੇ ਬਹੁਤ ਨਾਈਸ ਨੇ ਬਹੁਤ ਵਧੀਆ ਗੱਲ ਕਰਦੇ ਨੇ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਹਾਂ ਵੀ ਮੈਂ ਪੈਸੇ ਵਾਲਾ ਮੈਂ ਤੇਰੇ ਨਾਲ ਇੱਦਾਂ ਨਹੀਂ ਆਏ ਹੁੰਦੇ ਨਹੀਂ ਜਿਵੇਂ ਇਹ ਫਰਕ ਹੁੰਦਾ ਦੇਖ ਲਓ ਹੋਰ ਕਿਤੇ ਵੀਡੀਓ ਦੇ ਚੱਕਰ 'ਚ ਆਉਣੀ ਕੱਟ ਉਹ ਹੋ ਜਾਂਦੀ ਇੱਥੇ ਲੱਗ ਜਿਵੇਂ ਪਛਾਣ ਆ ਇਹਦੀ ਹੈ ਨਾ ਦੂਰੋਂ ਆਹੀ ਆ ਅਰੇ ਦੂਰੋਂ ਜਾ ਕੇ ਸ਼ੁਰੂ ਇੱਥੋਂ ਹੁੰਦਾ ਮਤਲਬ ਜਿੱਥੇ ਜਿੱਥੇ ਉਹ ਦੋ ਚਿੱਟੀਆਂ ਗੱਡੀਆਂ ਖੜੀਆਂ ਨੇ ਉਹ ਤਾਂ ਮੇਨ ਗੇਟ ਆ ਅਲੱਗ ਜਿਹੇ ਟਾਈਪ ਦਾ ਦਰਵਾਜ਼ੇ ਤੇ ਪੂਰੇ ਉਹਨੇ ਕੀ ਲਵਾਏ ਨੇ ਵੀ ਅੰਦਰ ਉਹ ਵੀ ਨਾ ਕੁਛ ਦਿਖੇ ਮੰਗੂ ਤਾਂ ਸਾਰੇ ਦੇਖੀ ਨੇ ਹਾਂ ਸਾਰੇ ਦੇਖ ਕੇ ਫੋਨ ਕਹਿ ਦੇ ਉਹਨੂੰ ਕਿ ਆ ਗਿਆ
ਅਸੀਂ ਨਾ ਇੱਥੇ ਮਤਲਬ ਆ ਰਹੇ ਸੀ, ਇੱਥੇ ਥੋੜ੍ਹੀ ਸ਼ੂਟਿੰਗ ਜਿਹੀ ਕਰ ਰਹੇ ਸੀ, ਕਲਿੱਪਾਂ ਕਲੁੱਪਾਂ ਕਰ ਰਹੇ ਸੀ। ਉੱਥੇ ਸਿਕਿਉਰਿਟੀ ਵਾਲਾ ਖੜਾ ਸੀ, ਉਹ ਨਿਕਲਿਆ ਤੇ ਉਹਨੂੰ ਪਤਾ ਹੀ ਸੀ, ਉਹ ਕਹਿੰਦਾ ਇੱਧਰ ਆਓ। ਇਸ਼ਾਰਾ ਬੜਾ ਘੈਂਟ ਜਿਹਾ ਕੀਤਾ ਸੀਗਾ, ਲੈ ਫਸ ਗਏ ਅੱਜ ਤਾਂ, ਅੱਜ ਨਹੀਂ ਜਾਣ ਦਿੰਦਾ। ਉਹਨੂੰ ਪਤਾ ਹੀ ਸੀਗਾ ਵੀ ਇੱਕ ਤਾਂ ਬੰਦਾ ਨੋਰਮਲ ਕਹਿੰਦਾ ਹੁੰਦਾ ਕੰਮ, ਉਹਨੇ ਬਹੁਤ ਗਲਤ ਤਰੀਕੇ ਨਾਲ ਇਸ਼ਾਰਾ ਜਿਹਾ ਬਹੁਤ ਉਹ ਕੀਤਾ, ਕਹਿੰਦਾ ਇੱਧਰ ਆਓ। ਉਹਨੂੰ ਪਹਿਲਾਂ ਹੀ ਪਤਾ ਸੀ ਵੀ ਇਹਦੇ ਲਈ ਫੋਟੋ ਲਈ ਆਏ ਨੇ, ਉਹਨੇ ਆਪ ਹੀ ਕਹਿਤਾ, ਕਹਿੰਦਾ ਇੱਥੇ ਅੱਗੇ ਕੋਈ ਪਿਕਚਰ ਲੈ ਲਓ, ਕਿੰਨੇ ਲੋਕ ਆਉਂਦੇ ਨੇ ਰੋਜ਼। ਪਰ ਇੱਕ ਗੱਲ ਆ, ਜਿਹੜੇ ਮਤਲਬ ਗਵਾਂਢੀ ਨੇ ਬਹੁਤ ਲੋਕ ਨੇ, ਉਹ ਇੰਨਾ ਨੀ ਕਰਦੇ ਜੀ। ਆਹੋ, ਪਹਿਲਾਂ ਮਿਲੇ ਸੀਗੇ, ਹਾਂ ਜਿਹੜੀ ਗੱਲਾਂ ਤੋਂ ਅਸੀਂ ਦੇਖਿਆ ਸੈਰ ਕਰਦੇ ਜਾਂਦੇ ਸੀ, ਵੜਨ ਲੱਗੇ ਸੀ, ਅਸੀਂ ਉਹਨਾਂ ਨਾਲ ਗੱਲਾਂ ਕਰਨ ਲੱਗ ਗਏ। ਅਸੀਂ ਪੁੱਛਣਾ ਤਾਂ ਇਹ ਸੀਗਾ ਵੀ ਇੱਥੇ ਪਾਰਕ ਕਰ ਸਕਦੇ ਹਾਂ ਤੁਹਾਡੇ ਘਰ ਦੇ ਮੂਹਰੇ 2 ਮਿੰਟ ਲਈ, ਕਿਉਂਕਿ ਹੋਰ ਕਿਤੇ ਤਾਂ ਹੈ ਨਹੀਂ ਸੀ। ਉਹਦੇ ਘਰ ਦੇ ਮੂਹਰੇ ਸਿਕਿਉਰਿਟੀ ਸੀਗੀ, ਤਾਂ ਉਹ ਕਹਿੰਦੇ ਕਰ ਲਓ ਕਰ ਲਓ। ਜਦੋਂ ਪੁੱਛਿਆ ਉਹਨੂੰ ਡਰੇਕ ਬਾਰੇ, ਉਹ ਇੰਨਾ ਵਧੀਆ ਜਿਹਾ ਰਿਸਪੋਂਸ ਨੇ, ਜਦੋਂ ਆਪਾਂ ਪੁੱਛਿਆ ਉਹ ਸ਼ੌਕ ਹੋਏ ਵੀ ਇਹ ਡਰੇਕ ਨੂੰ ਮਿਲਣਾ ਹੀ ਨਹੀਂ ਸਪੈਸ਼ਲ, ਡਰੇਕ ਦੇ ਕਰਕੇ ਉਹ ਇੰਨਾ ਵਧੀਆ ਜਿਹਾ ਨਹੀਂ ਉਹਨੂੰ ਮੰਨਦੇ। ਆਈ ਡੋਨਟ ਨੋ ਵਾਈ, ਤੇਰੇ ਹਿਸਾਬ ਨਾਲ ਕਿਉਂ ਪੁਰਾਣੇ ਲੋਕ ਰੈਪ ਰੂਪ ਘੱਟ ਹੀ ਜਾਂਦੇ ਆ, ਕਿਉਂਕਿ ਹੈ ਵੀ ਉਹ ਕਲਾਸਿਕ ਸੁਣਦੇ ਆ ਪੁਰਾਣੇ ਲੋਕ, ਐਲਡਰ ਪੀਪਲ ਸੀ, ਕਾਫੀ ਉਮਰ ਦੇ ਸੀ, ਸਿਆਣੇ ਬੰਦੇ ਸੀ, ਮੈਂ ਵੀ 67 ਰੈਪ ਨਹੀਂ ਸੁਣਦਾ ਤਾਂ ਪਸੰਦ ਨਹੀਂ ਕਰਦੇ ਹੋਣਗੇ ਯਾਰ। ਹੁਣ ਅੱਜ ਦਾ ਵਲੌਗ, ਹੁਣ ਮੈਨੂੰ ਪਤਾ ਨਹੀਂ ਕਿੰਨੀ ਕੁ ਲੈਂਥ ਹੋਊਗੀ ਇਹ ਵੀਡੀਓ ਦੀ, ਪਰ ਅੱਜ ਦਾ ਵਲੌਗ ਹੁਣ ਮੈਂ ਇੱਥੇ ਖਤਮ ਕਰਦਾ। ਹੁਣ ਐਕਚੁਅਲੀ ਅਸੀਂ ਟੋਰਾਂਟੋ ਜਾ ਰਹੇ ਹਾਂ, ਉਹਦਾ ਵੀ ਵਲੌਗ ਬਣਾਊਂਗਾ, ਪਰ ਉਹ ਮੈਂ ਮਤਲਬ ਇਹਦੇ ਨਾਲ ਹੀ ਨਹੀਂ ਪਾਉਣਾ, ਉਹ ਮੇ ਬੀ ਅਗਲੇ ਹਫ਼ਤੇ ਜਾਂ ਕੁਛ ਕੁ ਦਿਨ ਬਾਅਦ ਆਊਗਾ। ਚਲੋ ਠੀਕ ਆ ਫਿਰ, ਹੋਪ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊ, ਜੇ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਸਾਰਾ ਕੁਛ ਕਰ ਦਿਓ। ਅਤੇ ਇੱਦਾਂ ਦੀ ਹੋਰ ਟਾਈਪ ਦੀ ਵੀਡੀਓ ਚਾਹੁੰਦੇ ਹੋ, ਜਿਹੜੇ ਵੀ ਟਾਈਪ ਦੀ ਤੁਸੀਂ ਵੀਡੀਓ ਮੰਗਦੇ ਹੋ ਉਹ ਲਿਖ ਦਿਆ ਕਰੋ, ਅਸੀਂ ਉੱਦਾਂ ਦੀ ਲਿਆਵਾਂਗੇ। ਚਲੋ ਠੀਕ ਆ ਫਿਰ।